ਉਹਦਾ ਬਜ਼ੁਰਗ ਕਰਦੇ ਸੀਗੇ ਤਾਂ ਬਜ਼ੁਰਗਾਂ ਦੇ ਬਜ਼ੁਰਗ ਦਾਤਾ ਕਰਦੇ ਸੀ ਅੱਜ ਕੱਲ੍ਹ ਮੁੰਡੇ ਨਹੀਂ ਕਰਦੇ। ਚਾਈਨੀਜ਼ ਲਾਈਟਾਂ ਨੇ ਖੋਲਿਆ ਦੀਵੇ ਬਣਾਉਣ ਵਾਲਿਆਂ ਦਾ ਕੰਮ। ਚਾਰ ਕਿਸਾ ਹੁੰਦਾ ਝੂਠੀ ਮਿੱਟੀ ਦੀ ਆਪ ਤਿਆਰ ਕਰਨੀ ਬਣਾਉਣੇ ਦੀ ਹੈ। ਮੈਂ ਤਾਂ ਆਹੀ ਆ ਡੰਡੇ ਨਾਲ ਐਡੇ ਡਿੱਗ ਚੱਕਾਂ ਮੋਟਰਾਂ ਲੱਗੀਆਂ ਹੋਈਆਂ। ਤੀਹ ਸਾਲਾਂ ਤੋਂ ਕਰ ਰਹੇ ਨੇ ਦੀਵੇ ਬਣਾਉਣ ਦਾ ਕੰਮ। ਹੁਣ ਤਾਂ ਜਿੱਥੇ ਉਹ ਆ ਉਹ ਮਸ਼ੀਨਾਂ ਹੈਗੀਆਂ ਖੇਡਦੇ ਹਾਂ ਵਿੱਚ ਜਿੰਨੀ ਕੁ ਲੋੜ ਆ ਉਹ ਵੱਤ ਸਿਰ ਪਾਣੀ ਪਾਉਂਦੇ ਹਾਂ ਉਹ ਕਿੰਨੇ ਬਣਾ ਬਣਾ ਕੱਢੀ ਜਾਂਦੀ ਹੈ। ਹੁਣ ਘਰ ਦਾ ਗੁਜ਼ਾਰਾ ਵੀ ਨਹੀਂ ਹੁੰਦਾ ਇਸ ਕੰਮ ਨਾਲ। ਘਰ ਦਾ ਸਾਰਾ ਗੁਜ਼ਾਰਾ ਨਹੀਂ ਹੁੰਦਾ ਜੀ। ਸ਼ਾਮ ਨੂੰ ਫਿਰ ਚ ਮੱਛਰ ਨਹੀਂ ਬਹਿਣ ਦਿੰਦਾ। ਬਜ਼ੁਰਗ ਵਿਅਕਤੀ ਤੋਂ ਸੁਣੋ ਪਹਿਲਾਂ ਤੇ ਹੁਣ ਚ ਕੀ ਹੈ ਫਰਕ। ਬੜੇ ਭਾਂਡੇ ਦੋ ਦੋ ਰੇੜੇ ਇੱਕ ਪਿੰਡ ਚ ਲੱਗ ਜਾਂਦੇ ਸੀਗੇ। ਦੀਵਾਲੀ ਦਾ ਤਿਉਹਾਰ ਹੈ ਤੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੂੰ ਵੀ ਇੱਕ ਵਾਰ ਵੱਡੀ ਉਮੀਦ ਜਾਗ ਗਈ ਹੈ ਕਿ ਸ਼ਾਇਦ ਇਸ ਵਾਰ ਉਹਨਾਂ ਦੇ ਦੀਵੇ ਚੰਗੇ ਵਿਕਣਗੇ। ਪਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਚਾਈਨੀਜ਼ ਲਾਈਟਾਂ ਨੇ ਇਹਨਾਂ ਦੀਵੇ ਬਣਾਉਣ ਵਾਲਿਆਂ ਦੇ ਕੰਮ ਨੂੰ ਢਾਹਾ ਲਾਈ ਹੈ ਉੱਥੇ ਹੀ ਹੁਣ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ। ਗੱਲਬਾਤ ਕਰਦੇ ਹੋਏ ਇੱਕ 71 ਸਾਲਾ ਬਜ਼ੁਰਗ ਨੇ ਦੱਸਿਆ ਕਿ ਉਹ ਪਿਛਲੇ ਕਰੀਬ 30 ਤੋਂ 40 ਸਾਲਾਂ ਤੋਂ ਦੀਵੇ ਬਣਾਉਣ ਦਾ ਕੰਮ ਕਰ ਰਹੇ ਨੇ। ਪਹਿਲਾਂ ਇੱਕ ਉਹ ਵੀ ਸਮਾਂ ਹੁੰਦਾ ਸੀ ਕਿ ਇੱਕ ਇੱਕ ਪਿੰਡ ਦੇ ਵਿੱਚ ਦੋ ਦੋ ਰੇੜੇ ਭਰ ਕੇ ਦੀਵੇ ਅਤੇ ਜੋ ਚੱਕਰੀਆਂ ਸੀ ਉਹ ਲੱਗਦੀਆਂ ਸੀ। ਪਰ ਹੁਣ ਸਮਾਂ ਅਜਿਹਾ ਆ ਗਿਆ ਕਿ ਹੁਣ ਕੋਈ ਛੋਟੀ ਜਿਹੀ ਚੱਕਰੀ ਵੀ ਨਹੀਂ ਖਰੀਦਦਾ ਤੇ ਦੀਵੇ ਲੈਣ ਸਮੇਂ ਵੀ ਉਹਨਾਂ ਦੇ ਨਾਲ ਤੋਲ ਮੋਲ ਕੀਤਾ ਜਾਂਦਾ। ਹਾਲਾਂਕਿ ਜਦਕਿ ਜੋ ਚਾਈਨੀਜ਼ ਲਾਈਟਾਂ ਨੇ ਉਹਨਾਂ ਨੂੰ ਲੋਕ ਜੋ ਨੇ ਉਹ ਆਸਾਨੀ ਦੇ ਨਾਲ ਹਾਸਲ ਕਰ ਲੈਂਦੇ ਨੇ ਜਿਸ ਦੇ ਕਾਰਨ ਹੁਣ ਦੀਵੇ ਬਣਾਉਣ ਦਾ ਕੰਮ ਵੀ ਉਹਨਾਂ ਦਾ ਫਿੱਕਾ ਪੈਂਦਾ ਜਾ ਰਿਹਾ। ਜਿੱਥੇ ਪਹਿਲਾਂ 10,000 ਦੀਵਾ ਦੀਵਾਲੀ ਤੋਂ ਪਹਿਲਾਂ ਤਿਆਰ ਕੀਤਾ ਜਾਂਦਾ ਸੀ ਉੱਥੇ ਹੁਣ ਇਹਨਾਂ ਦੀ ਗਿਣਤੀ ਘੱਟ ਕੇ ਸੈਂਕੜਿਆਂ ਦੇ ਵਿੱਚ ਰਹਿ ਗਈ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਚਾਈਨੀਜ਼ ਦੀਵੇ ਘਰ ਕਰ ਚੁੱਕੇ ਨੇ। ਦੱਸ ਦਈਏ ਕਿ ਸਮਰਾਲਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੇ ਕੈਮਰੇ ਦੇ ਅੱਗੇ ਆਪਣਾ ਦੁੱਖ ਦੱਸਿਆ। ਉਹਨਾਂ ਨੇ ਕਿਹਾ ਕਿ ਇਸ ਕੀਤੇ ਦੇ ਨਾਲ ਤਾਂ ਹੁਣ ਘਰ ਦਾ ਗੁਜ਼ਾਰਾ ਵੀ ਚੱਲਣਾ ਮੁਸ਼ਕਲ ਹੋ ਗਿਆ। ਬਾਪੂ ਜੀ ਕੀ ਨਾਮ ਹੈ ਤੁਹਾਡਾ? ਨੀਕ ਹੈ ਜੀ। ਉਮਰ ਕਿੰਨੀ ਹੋ ਗਈ ਬਾਪੂ ਜੀ ਤੁਹਾਡੀ? ਉਮਰ 70-71 ਦੇ ਗੇੜ ਦਾ। ਬਾਪੂ ਜੀ ਇਹ ਦੀਵੇ ਬਣਾਉਣ ਦਾ ਜਿਹੜਾ ਕੰਮ ਹੈ ਤੁਸੀਂ ਕਿੰਨੇ ਕੁ ਸਮਿਆਂ ਤੋਂ ਕਰਦੇ ਆ ਰਹੇ ਹੋ? ਇਹ 86-87 ਦੇ ਗੇੜ ਚ। ਪਹਿਲਾਂ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਕਰਦਾ ਹੁੰਦਾ ਸੀ? ਉਹਦਾ ਬਜ਼ੁਰਗ ਕਰਦੇ ਸੀਗੇ ਤਾਂ ਬਜ਼ੁਰਗਾਂ ਦੇ ਬਜ਼ੁਰਗ ਦਾਤਾ ਕਰਦੇ ਸੀ ਅੱਜ ਕੱਲ੍ਹ ਮੁੰਡੇ ਨਹੀਂ ਕਰਦੇ। ਬਾਪੂ ਜੀ ਕਿਵੇਂ ਦੀਵਾ ਇੱਕ ਦੀਵਾ ਤਿਆਰ ਕਰਨ ਦੇ ਲਈ ਮਿਹਨਤ ਕਿੰਨੀ ਕੁ ਲੱਗ ਜਾਂਦੀ? ਮਿਹਨਤ ਤਾਂ ਹੁਣ ਆਹ ਜਿਹੜਾ ਇੱਕ ਪੇੜੇ ਦੇ 200 ਦੀਵਾ ਲਾ ਮਿੱਟੀ ਤਿਆਰ ਕਰਨ ਹੁੰਦੀ ਹੈ। ਹੁਣ ਤਾਂ ਜਿੱਥੇ ਉਹ ਆ ਉਹ ਮਸ਼ੀਨਾਂ ਹੈਗੀਆਂ ਖੇਡਦੇ ਹਾਂ ਵਿੱਚ ਜਿੰਨੀ ਕੁ ਲੋੜ ਆ ਉਹ ਵੱਤ ਸਿਰ ਪਾਣੀ ਪਾਉਂਦੇ ਹਾਂ ਉਹ ਕਿੰਨੇ ਬਣਾ ਬਣਾ ਕੱਢੀ ਜਾਂਦੇ ਹਾਂ ਆ ਮੋਗੇ ਜਗਰਾਮਾ ਮੋਹਾਲੀ। ਜਿਹੜੀ ਤੁਸੀਂ ਬਣਾਉਂਦੇ ਹੋ ਦੀਵੇ ਇਹ ਕਿਹੜੀ ਚੀਜ਼ ਤੇ ਤਿਆਰ ਕਰਦੇ ਹੋ, ਕਿਵੇਂ ਬਣਾਉਂਦੇ? ਮੈਂ ਤਾਂ ਆਹੀ ਆ ਡੰਡੇ ਨਾਲ ਐਡੇ ਡਿੱਗ ਚੱਕਾਂ ਮੋਟਰਾਂ ਲੱਗੀਆਂ ਹੋਈਆਂ 3 ਪੁੜੀਆਂ ਨੇ। ਜੇ ਤਾਂ ਬੜਾ ਭਾਂਡਾ ਲਾਉਣਾ ਤਾਂ ਸਲੋ ਪੁੜੀ 'ਚ ਰੱਖ ਲੈਂਦੇ ਹਾਂ। ਜੇ ਦੀਵੇ ਲਾਉਣੇ ਮਾੜੇ ਜਿਹੇ ਉਹਦੀ ਰਫਤਾਰ ਵੱਧ ਜਾਵੇ ਉਹਨੂੰ ਆਪਣੇ ਜਿਹੜੀ ਮੋਟਰ ਆ ਉਹਨੂੰ 3 ਪੁੜੀਆਂ। ਕਿੰਨੇ ਕੁ ਦੀਵੇ ਬਾਪੂ ਜੀ ਇੱਕ ਦਿਨ ਦੇ ਵਿੱਚ ਤਿਆਰ ਕਰ ਲੈਂਦੇ? ਉਹ ਤਾਂ ਲੱਗੇ ਰਹਿੰਦੇ ਨਾ ਭਈ ਇੱਕ ਤਾਂ ਤੁਸੀਂ। ਹਾਂਜੀ ਤੁਸੀਂ ਕਿੰਨੇ ਕੁ ਕਰ ਲੈਂਦੇ? ਮੈਂ ਤਾਂ ਉਹੀ 4 ਕਿਸਾ ਹੁੰਦਾ ਝੂਠੀ ਮਿੱਟੀ ਦੀ ਆਪ ਤਿਆਰ ਕਰਨੀ ਹੈ ਬਣਾਉਣੇ ਦੀ ਹੈ। ਇਹ ਹੁਣ ਅੱਛੇ ਤਾਂ ਬਹਿ ਜਾਣਾ 3 ਕੁ ਵਜੇ ਫਿਰ ਬੈਠੂੰਗਾ
ਜੋ ਕੁਛ ਆ ਉਸ ਦੇਣ ਵੇਲੇ ਲਾ ਦੇਈਦਾ, ਡੇਢ ਦੋ ਸੌ ਸ਼ਾਮ ਨੂੰ ਲਾ ਦੇਈਦਾ ਬਸ। ਬਾਪੂ ਜੀ ਆਪਣੇ ਸ਼ਾਮ ਨੂੰ ਫਿਰ ਇੱਥੇ ਮੱਛਰ ਨਹੀਂ ਬਹਿਣ ਦਿੰਦਾ। ਲੋਕ ਰੇਟਬਾਜ਼ੀ ਵੀ ਕਰਦੇ ਨੇ ਆ ਕੇ? ਕਰ ਜ਼ਰੂਰ ਜੀ ਜ਼ਰੂਰ। ਦੀਵਾਲੀ ਦੇ ਨੇੜੇ ਤੇੜੇ ਬਾਪੂ ਜੀ ਕਿੰਨਾ ਕੁ ਦੀਵਾ ਤੁਹਾਡਾ ਲੱਗ ਜਾਂਦਾ ਜਾਂ ਮਿੱਟੀ ਦਾ ਭਾਂਡਾ? ਇਹਦਾ ਤਾਂ ਹੁਣ ਤਕਰੀਬਨ ਜੇ ਪਹਿਲਾਂ ਪਿੰਡਾਂ 'ਚ ਦਿੰਦੇ ਸੀ ਵੀ ਉਹ ਮੇਰੇ ਕੋਲ ਰੇੜਾ ਸੀ, ਮੈਂ ਨਾਲ ਲੈ ਜਾਂਦਾ ਸੀ। ਆਹ ਹੀ ਪਹਿਲਾਂ ਦੋ ਦੋ ਬੜੇ ਭਾਂਡੇ, ਦੋ ਦੋ ਰੇੜੇ ਇੱਕ ਪਿੰਡ 'ਚ ਲੱਗ ਜਾਂਦੇ ਸੀਗੇ। ਹੁਣ ਆਹ ਜਿਹੜੇ ਨਾ ਆ ਪਹਿਲਾਂ ਐਡਾ ਸਾਰਾ ਚੱਕਰਾਂ ਲੈਂਦੀਆਂ ਸੀਗੀਆਂ, ਨਾਲ ਉਹ ਚੱਕਰੀ ਲੈਣੇ। ਹੁਣ ਆਹ ਛੋਟੀ ਜਿਹੀ ਚੱਕਰੀ ਲੈ ਦਿੰਦੇ ਹਾਂ ਅਤੇ ਨਾਲ ਆਪਣੇ ਇੱਕ ਗੜ ਵੀ ਲੈ ਕੇ ਰੱਖ ਲੈਂਦੀ ਹਾਂ। ਚਲੋ ਜੀ, ਆ ਬੜੇ ਭਾਂਡੇ ਨੂੰ ਤਾਂ ਪੈਂਦਾ ਨਹੀਂ ਕੋਈ। ਘਰ ਦਾ ਗੁਜ਼ਾਰਾ ਇਹਦੇ ਨਾਲ ਹੋ ਜਾਂਦਾ ਜੀ? ਹਾਂਜੀ, ਘਰ ਦਾ ਗੁਜ਼ਾਰਾ ਮਿੱਟੀ ਦੇ ਭਾਂਡੇ ਵੇਚ ਕੇ ਹੋ ਜਾਂਦਾ? ਘਰ ਦਾ ਸਾਰਾ ਗੁਜ਼ਾਰਾ ਨਹੀਂ ਹੁੰਦਾ ਜੀ। ਇਸ ਤੋਂ ਇਲਾਵਾ ਵੀ ਕੋਈ ਕੰਮ ਕਰਦੇ ਹੋ ਤੁਸੀਂ ਦੀਵੇ ਬਣਾਉਣ ਤੋਂ ਇਲਾਵਾ? ਪਹਿਲਾਂ ਮੈਂ ਕਰਦਾ ਸੀਗਾ ਆਪਣੇ ਦੀਵਾਲੀ ਦੇ ਦਿਨਾਂ 'ਚ ਬਹਿ ਜਾਂਦਾ ਸੀਗਾ। ਪਹਿਲਾਂ ਮੈਂ ਮੁਸਲਮਾਨਾਂ ਨਾਲ ਜਿਹੜੇ ਪਨੀਰੀਆ ਤਿਆਰ ਕਰਦੇ ਹਾਂ ਉਹਨਾਂ ਨਾਲ ਲਾਏ ਸੀਗੇ ਦੋ ਢਾਈ ਸਾਲ। ਉਹ ਮਲੇਰਕੋਟਲੇ ਦੇ ਨੇ, ਇੱਥੇ ਠੇਕੇ 'ਤੇ ਜ਼ਮੀਨ ਦਿੱਤੀ ਹੋਈ ਹੈ। ਉਹ ਪਨੀਰੀਆਂ ਜੇ ਕੋਈ ਗਾਹਕ ਆਇਆ ਕੱਟ ਕੇ ਦੇ ਦੇਣੀ ਜਾਂ ਆਪਣੇ ਵਿੱਚੋਂ ਕੱਖ ਕੱਢੀ ਜਾਣਾ। ਹਰੇਕ ਕਿਸਮ ਦੀ ਪਨੀਰੀ ਤਿਆਰ ਕਰਦੇ। ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਲੋਕਾਂ ਨੂੰ ਤਾਂ ਹੁਣ ਆਪਣੇ ਆਪ ਚਾਹੀਦਾ ਜੀ, ਸੁਨੇਹਾ ਦਿੱਤੇ ਤੇ ਅਗਲਾ ਮੰਨਦਾ। ਬਾਪੂ ਜੀ ਖਤਮ ਕਿਉਂ ਹੁੰਦੇ ਜਾ ਰਹੇ ਨੇ ਮਿੱਟੀ ਦੇ ਦੀਵੇ? ਬਸ ਜੀ, ਸਮਾਂ ਹੀ ਬਦਲਦਾ ਜਾਂਦਾ। ਹੁਣ ਸਮਾਂ ਜਾਣੀ ਪੁੱਠਾ ਹੋ ਗਿਆ। ਅੱਗੇ ਦੇਖੋ ਜੋ ਕਿ ਘਰੇ ਖਾਂਦੇ ਸੀਗੇ, ਬਾਹਰ ਜਾਂਦੇ ਸੀਗੇ ਦੂਰ, ਹੁਣ ਬਾਹਰੋਂ ਖਾ ਕੇ ਘਰ ਹੈ।